ਅਸੀਂ ਕਰ ਰਹੇ ਹਾਂ ਬੀਐਡ ਫਸਟ ਇਅਰ ਦਾ ਜੋ ਸਾਡਾ ਟੀਚਿੰਗ ਸਬਜੈਕਟ ਹੈ ਟੀਚਿੰਗ ਆਫ ਪੰਜਾਬੀ ਜਿਹਦੇ ਵਿੱਚ ਅੱਜ ਆਪਾਂ ਆਪਣੀ ਥਰਡ ਯੂਨਿਟ ਜਿਹੜੀ ਸਟਾਰਟ ਕੀਤੀ ਹੈ ਤਾਂ ਆਪਾਂ ਅੱਜ ਦਾ ਟੌਪਿਕ ਹੈ ਜਿਹੜਾ ਉਹ ਸਟਾਰਟ ਕਰਾਂਗੇ ਟੀਚਿੰਗ ਮੈਥਡਸ ਆਫ ਪੋਇਟਰੀ ਕਿ ਜਿਹੜੀ ਕਵਿਤਾ ਹੁੰਦੀ ਹੈ ਉਹਨੂੰ ਪੜ੍ਹਾਉਣ ਦੀਆਂ ਜਿਹੜੀਆਂ ਵਿਧੀਆਂ ਹੁੰਦੀਆਂ ਨੇ ਉਹ ਕਿਹੜੀਆਂ ਹੁੰਦੀਆਂ ਨੇ ਇਹਦੀਆਂ ਵਿਧੀਆਂ ਦੀ ਗੱਲ ਕਰਾਂਗੇ ਆਪਾਂ ਵਿਧੀਆਂ ਦੀ ਗੱਲ ਕਰਨ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਿ ਜਿਹੜੀ ਕਵਿਤਾ ਹੁੰਦੀ ਆ ਉਹ ਕਵਿਤਾ ਕੀ ਹੁੰਦੀ ਆ ਕਵਿਤਾ ਦੇ ਕੀ ਅਰਥ ਨੇ ਕਵਿਤਾ ਕਿਹੋ ਜੀ ਜਿਹੜੀ ਰਚਨਾ ਹੁੰਦੀ ਆ ਤਾਂ ਆਪਾਂ ਗੱਲ ਕਰਦੇ ਹਾਂ ਕਵਿਤਾ ਦੀ ਤਾਂ ਕਵਿਤਾ ਬਾਰੇ ਕੀ ਕਿਹਾ ਗਿਆ ਹੈ ਕਵਿਤਾ ਬਾਰੇ ਕਿਹਾ ਗਿਆ ਹੈ ਕਿ ਜਿਹੜੀ ਕਵਿਤਾ ਦੀ ਪਰਿਭਾਸ਼ਾ ਉਹ ਆਪਾਂ ਇੰਨੇ ਸੌਖੇ ਜਾਂ ਸਰਲ ਤਰੀਕੇ ਨਾਲ ਨਹੀਂ ਦੇ ਸਕਦੇ ਕਿਉਂਕਿ ਜਿਹੜੀ ਕਵਿਤਾ ਰਚਨਾ ਹੈਗੀ ਆ ਉਹ ਮਹਿਸੂਸ ਕਰਨ ਦੀ ਚੀਜ਼ ਹੈ ਨਾ ਕਿ ਕੋਈ ਦੇਖਣ ਦੀ ਚੀਜ਼ ਹੈ ਅਸੀਂ ਜਿੰਨਾ ਜ਼ਿਆਦਾ ਮਹਿਸੂਸ ਕਰ ਸਕਦੇ ਹਾਂ ਅਸੀਂ ਓਨਾ ਜ਼ਿਆਦਾ ਕਵਿਤਾ ਦਾ ਜਿਹੜਾ ਆਨੰਦ ਆ ਉਹ ਮਾਣ ਸਕਦੇ ਹਾਂ ਸਾਨੂੰ ਓਨਾ ਹੀ ਜ਼ਿਆਦਾ ਕਵਿਤਾ ਦਾ ਜਿਹੜਾ ਆਨੰਦ ਤੇ ਜਿਹੜਾ ਰਸ ਹੈ ਉਹ ਪ੍ਰਾਪਤ ਹੋ ਸਕਦਾ ਹੈ ਇਸ ਕਰਕੇ ਕਿਹਾ ਜਾਂਦਾ ਹੈ ਕਿ ਕਵਿਤਾ ਸਿਰਫ ਔਰ ਸਿਰਫ ਇੱਕ ਮਹਿਸੂਸ ਕਰਨ ਦੀ ਚੀਜ਼ ਹੈ ਜਿਸ ਬੰਦੇ ਨੂੰ ਮਹਿਸੂਸ ਕਰਨਾ ਆ ਗਿਆ ਕਵਿਤਾ ਨੂੰ ਪੜ੍ਹ ਕੇ ਉਹ ਬੰਦਾ ਕਵਿਤਾ ਦਾ ਬਹੁਤ ਹੀ ਜ਼ਿਆਦਾ ਰਸ ਤੇ ਆਨੰਦ ਮਾਣ ਸਕਦਾ ਹੈ ਕਿਉਂਕਿ ਜਿਹੜੇ ਵਿਦਵਾਨ ਰਹੇ ਨੇ ਜਿਹੜੇ ਸਾਡੇ ਸਿੱਖਿਆ ਸ਼ਾਸਤਰੀ ਨੇ ਉਹਨਾਂ ਨੇ ਹਰ ਇੱਕ ਨੇ ਆਪਣੇ ਆਪਣੇ ਤਰੀਕੇ ਨਾਲ ਜਿਹੜੀ ਕਵਿਤਾ ਦੀ ਪਰਿਭਾਸ਼ਾ ਦਿੱਤੀ ਹੈ ਕਵਿਤਾ ਦੇ ਜਿਹੜੇ ਅਰਥ ਆ ਉਹਨਾਂ ਬਾਰੇ ਦੱਸਿਆ ਗਿਆ ਹੈ ਹਰ ਇੱਕ ਦੀ ਜਿਹੜੀ ਸੋਚ ਹੈ ਹਰ ਇੱਕ ਦੀ ਸੋਚ ਦੇ ਅਨੁਸਾਰ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਜਿਹੜੀ ਕਵਿਤਾ ਉਹਦੇ ਵਿੱਚ ਜਿਹੜੀ ਭਾਵਾਂ ਦੀ ਪ੍ਰਧਾਨਤਾ ਹੁੰਦੀ ਹੈ ਵਿਚਾਰਾਂ ਦੀ ਥਾਂ ਤੇ ਉੱਥੇ ਜਿਹੜੇ ਭਾਵਾਂ ਨੂੰ ਥਾਂ ਦਿੱਤਾ ਜਾਂਦਾ ਹੈ ਜ਼ਿਆਦਾ ਜਿਸ ਬੰਦੇ ਨੇ ਉਸ ਭਾਵਾਂ ਨੂੰ ਜਿਸ ਪਰਸਨ ਨੇ ਉਸ ਭਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਲਈ ਉਸਨੇ ਸਮਝੋ ਕਿ ਕਵਿਤਾ ਦਾ ਜਿਹੜਾ ਆਨੰਦ ਤੇ ਜਿਹੜਾ ਰਸ ਹੈ ਉਹ ਮਾਣ ਲਿਆ ਕਵਿਤਾ ਜੋ ਹੁੰਦੀ ਆ ਉਹ ਇੱਕ ਛੰਦਮਈ ਰਚਨਾ ਹੁੰਦੀ ਹੈ ਛੰਦਾਂ 'ਚ ਲਿਖੀ ਗਈ ਹੁੰਦੀ ਹੈ ਜਿਵੇਂ ਆਪਾਂ ਗੱਲ ਕਰਦੇ ਹਾਂ ਵਾਰਤਕ ਦੀ ਵਾਰਤਕ 'ਚ ਜਿਹੜੇ ਹੁੰਦੇ ਆ ਇੱਕ ਜਿਹੜੇ ਵਾਕ ਬਣਾਏ ਗਏ ਹੁੰਦੇ ਨੇ ਪਰ ਜਿਹੜੀ ਕਵਿਤਾ ਦੇ ਵਿੱਚ ਛੰਦ ਬਣਾਏ ਗਏ ਹੁੰਦੇ ਨੇ ਥੋੜੇ ਸ਼ਬਦਾਂ ਵਿੱਚ ਜ਼ਿਆਦਾ ਜਿਹੜੀਆਂ ਗੱਲਾਂ ਨੇ ਉਹ ਕਹੀਆਂ ਗਈਆਂ ਹੁੰਦੀਆਂ ਨੇ ਕਵਿਤਾ ਵਿੱਚ ਕਵਿਤਾ ਵਿੱਚ ਜਿਹੜੇ ਭਾਵ ਨੇ ਉਹਨਾਂ ਦੀ ਪ੍ਰਧਾਨਤਾ ਹੁੰਦੀ ਹੈ ਕਵਿਤਾ ਦੇ ਜਿਹੜੇ ਤੱਤ ਨੇ ਕਵਿਤਾ ਵਿੱਚ ਜਿਹੜੇ ਚਾਰ ਤੱਤ ਨੇ ਉਹ ਮੁੱਖ ਮੰਨੇ ਗਏ ਨੇ ਉਹ ਕਿਹੜੇ ਕਿਹੜੇ ਤੱਤ ਨੇ ਕਵਿਤਾ ਦੇ ਭਾਵ ਤੱਤ ਆ ਜਿਹਦੇ ਵਿੱਚ ਭਾਵਾਂ ਦੀ ਪ੍ਰਧਾਨਤਾ ਆਪਾਂ ਕਹਿ ਸਕਦੇ ਹਾਂ ਕਲਪਨਾ ਤੱਤ ਹੈ ਤੇ ਇਹਦੇ ਵਿੱਚ ਜਿਹੜਾ ਸ਼ੈਲੀ ਤੱਤ ਹੈ ਤੇ ਇੱਕ ਬੁੱਧੀ ਤੱਤ ਹੈ ਇਹ ਚਾਰੇ ਤੱਤ ਜਿਹੜੇ ਕਵਿਤਾ ਵਿੱਚ ਹੁੰਦੇ ਨੇ ਔਰ ਕਵਿਤਾ ਨੂੰ ਪੂਰਨ ਕਰ ਸਕਦੇ ਨੇ ਜੇਕਰ ਪਰਸਨ ਜੇਕਰ ਅਧਿਆਪਕ ਵਿਦਿਆਰਥੀਆਂ ਨੂੰ ਇਹਨਾਂ ਚਾਰਾਂ ਤੱਤਾਂ ਬਾਰੇ ਸਮਝਾਉਣ ਵਿੱਚ ਸਫਲ ਹੋ ਜਾਂਦਾ ਹੈ ਤਾਂ ਜਿਹੜੇ ਵਿਦਿਆਰਥੀ ਹੈ ਉਹ ਪੂਰੀ ਰੁਚੀ ਦੇ ਨਾਲ ਜਿਹੜੀ ਕਵਿਤਾ ਦਾ ਜਿਹੜਾ ਪਾਠ ਉਹ ਕਰਦੇ ਨੇ ਕਵਿਤਾ ਨੂੰ ਸਮਝਦੇ ਨੇ ਔਰ ਕਵਿਤਾ ਨੂੰ ਯਾਦ ਹੈ ਜਿਹੜਾ ਉਹ ਕਰ ਸਕਦੇ ਨੇ ਇਸ ਦੇ ਨਾਲ ਹੀ ਇਸ ਵਿੱਚ ਜਿਹੜੀ ਭਾਸ਼ਾ ਦੀ ਸੁੰਦਰਤਾ ਜਿਹੜੇ ਅਲੰਕਾਰ ਸ਼ਬਦ ਸ਼ਕਤੀਆਂ ਅਲੰਕਾਰ ਸ਼ਬਦ ਤੇ ਸੰਗੀਤ ਵੀ ਸ਼ਾਮਿਲ ਹੁੰਦਾ ਹੈ ਕਵਿਤਾ ਨੂੰ ਸੰਗੀਤ ਦਾ ਹੀ ਇੱਕ ਰੂਪ ਮੰਨਿਆ ਗਿਆ ਹੈ ਕਿਉਂਕਿ ਕਵਿਤਾਵਾਂ ਬਾਲ ਗੀਤਾਂ ਦੇ ਰੂਪ ਵਿੱਚ ਵੀ ਹੁੰਦੀਆਂ ਨੇ ਤੇ ਬੱਚੇ ਜਿਹੜੇ ਉਹ ਸੰਗੀਤ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਇਸ ਕਰਕੇ ਜਿਹੜੇ ਬੱਚੇ ਨੇ ਉਹਨਾਂ ਨੂੰ ਅਗਰ ਅਸੀਂ ਕਵਿਤਾ ਗਾ ਕੇ ਸੁਣਾਉਂਦੇ ਹਾਂ ਤਾਂ ਉਹਦਾ ਪੂਰਾ ਰਸ ਤੇ ਪੂਰਾ ਜਿਹੜਾ ਉਹ ਆਨੰਦ ਹੈ ਉਹ ਮਾਣ ਸਕਦੇ ਨੇ ਹੁਣ ਆਪਾਂ ਗੱਲ ਕਰਦੇ ਹਾਂ ਕਵਿਤਾ ਦੇ ਅਰਥਾਂ ਦੀ ਵੀ ਕਵਿਤਾ ਦੇ ਕੀ ਅਰਥ ਹੁੰਦੇ ਨੇ ਅਸੀਂ ਕਿਸ ਤਰੀਕੇ ਨਾਲ ਕਵਿਤਾ ਦੀ ਜਿਹੜੀ ਇੰਟਰੋਡਕਸ਼ਨ ਉਹ ਦੇ ਸਕਦੇ ਹਾਂ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਵੀ ਕਵਿਤਾ ਦੇ ਕੁਛ ਉਦੇਸ਼ ਵੀ ਹੁੰਦੇ ਨੇ ਕਵਿਤਾ ਦੇ ਕੀ ਉਦੇਸ਼ ਹੁੰਦੇ ਨੇ ਕਵਿਤਾ ਦੇ ਜਿਹੜੇ ਉਦੇਸ਼ ਨੇ ਉਹਨਾਂ ਨੂੰ ਦੋ ਤਰੀਕੇ ਨਾਲ ਵੰਡਿਆ ਗਿਆ ਹੈ ਇਹਦੇ ਵਿੱਚ ਕੀ ਆ ਇੱਕ ਸਧਾਰਨ ਉਦੇਸ਼ ਕਹੇ ਗਏ ਆ ਦੂਸਰੇ ਦੇ ਬਾਰੇ ਵਿਸ਼ੇਸ਼ ਉਦੇਸ਼ਾਂ ਦੀ ਗੱਲ ਕੀਤੀ ਗਈ ਹੈ ਕਿ ਜੋ ਕਵਿਤਾ ਹੁੰਦੀ ਆ ਕਵਿਤਾ ਪੜ੍ਹਨ ਤੋਂ ਜਿਹੜੇ ਪਾਠਕ ਹੁੰਦੇ ਨੇ ਪਾਠਕਾਂ ਨੂੰ ਭਾਸ਼ਾ ਦੇ ਜਿਹੜੇ ਵੱਖ ਵੱਖ ਰੂਪ ਹੁੰਦੇ ਨੇ ਤੇ ਵੱਖ ਵੱਖ ਰੂਪਾਂ ਤੇ ਪ੍ਰਗਟਾ ਦਾ ਤੇ ਵੱਖ ਵੱਖ ਜਿਹੜੀਆਂ ਸ਼ੈਲੀਆਂ ਹੁੰਦੀਆਂ ਨੇ ਕਵਿਤਾ ਦੀਆਂ ਉਹਨਾਂ ਦਾ ਗਿਆਨ ਪ੍ਰਾਪਤ ਹੁੰਦਾ ਗਾ ਕਿਉਂਕਿ ਕਵਿਤਾ ਦਾ ਆਪਾਂ ਜਿਹੜਾ ਵਾਚਨ ਆ ਉਹ ਵੱਖ ਵੱਖ ਢੰਗ ਨਾਲ ਕਰ ਸਕਦੇ ਹਾਂ ਕਵਿਤਾ ਦਾ ਜਿਹੜਾ ਵਾਚਨ ਆਪਾਂ ਕਵਿਤਾ ਪਾਠ ਕਰਕੇ ਕਰ ਸਕਦੇ ਹਾਂ ਕਵਿਤਾ ਨੂੰ ਆਪਾਂ ਗਾ ਕੇ ਕਰ ਸਕਦੇ ਹਾਂ ਤਾਂ ਹਰ ਇੱਕ ਜਿਹੜੇ ਆਪਣਾ ਤਰੀਕਾ ਗਾ ਤਾਂ ਆਪਾਂ ਨੂੰ ਜਿਹੜੀਆਂ ਅਲੱਗ ਅਲੱਗ ਉਹਦੀ ਸ਼ੈਲੀਆਂ ਨੇ ਉਹਦੇ ਬਾਰੇ ਜਾਣਕਾਰੀ ਦਿੰਦੇ ਨੇ ਤਾਂ ਇਹ ਕਿਸੇ ਜਾਤੀ ਦੇ ਵਿਸ਼ੇਸ਼ ਗੁਣਾਂ ਧਰਮ ਤੇ ਦਰਸ਼ਨ ਨਾਲ ਜਾਣ ਪਛਾਣ ਕਰਨ ਦਾ ਵੀ ਇੱਕ ਵਧੀਆ ਸਾਧਨ ਮੰਨਿਆ ਗਿਆ ਹੈ ਹੁਣ ਆਪਾਂ ਗੱਲ ਕਰਦੇ ਹਾਂ ਕਵਿਤਾ ਦੇ ਜਿਹੜੇ ਉਦੇਸ਼ ਨੇ ਕਵਿਤਾ ਦੇ ਆਪਾਂ ਇੱਥੇ ਉਦੇਸ਼ ਲਿਖੇ ਨੇ ਦੋ ਤਰੀਕੇ ਦੇ ਉਦੇਸ਼ ਇੱਕ ਤਾਂ ਆਪਾਂ ਸਧਾਰਨ ਉਦੇਸ਼ ਲਿਖਿਆ ਹੈਗਾ ਜਨਰਲ ਜਿਹੜੇ ਏਮਸ ਨੇ ਇੱਕ ਹੈਗੇ ਨੇ ਸਪੈਸੀਫਿਕ ਏਮਸ ਜਿਹੜੇ ਵਿਸ਼ੇਸ਼ ਉਦੇਸ਼ ਹਨ ਹੁਣ ਆਪਾਂ ਪਹਿਲਾਂ ਗੱਲ ਕਰਾਂਗੇ ਸਧਾਰਨ ਉਦੇਸ਼ ਦੀ ਕਿ ਕਵਿਤਾ ਦੇ ਸਧਾਰਨ ਉਦੇਸ਼ ਕਿਹੜੇ ਕਿਹੜੇ ਹੁੰਦੇ ਨੇ
सब तो पहला कविता के सुधारण उद्देश विद्यार्थियों को की दसाया जाता है, कविता का जो स्वर प्रवाह है ते जिहड़े कविता के भाव ने उन्होंने जिहड़ी जानकारी सुधारण उद्देश करवाई जाती है कि कविता असीं किवें बोल सकते हाँ, कविता का किवें असीं प्रवाह च बोल सकते हाँ, ते उहदे जिहड़े भाव ने किस तरीके की वह कविता भावों तो मतलब वह विरोधी कविता हैगी है जां वह वीर रस है जां फिर वह सिर्फ एक आनंदमय आनंद लैण लई जिहड़ी इंटरटेनमेंट लई लिखी हुई कविता है जां फिर कोई उहदे धार्मिक उद्देश ने, ते इस जिहड़े भाव ने सारे उन्होंने जिहड़ी जानकारी वह सुधारण विषय में करवाई जाती है। तो जिहड़े विद्यार्थी ने उन्होंने जिहड़ियां रागात्मक प्रवृत्तियां ने, रागात्मक प्रवृत्तियां तो मतलब हैगा कि उन्होंने कविता किवें गाउणी है, कविता नूं म्यूजिक दा रूप है जिहड़ा उह किवें देणा है, ये सारिया गल् ने जिड़िया वो सुधारण उद्देशों में दिखाई जाए। बच्चों में जिहड़ियां रागात्मक प्रवृत्तियां ने उन्हों का विकास किया जाता है, तो उन्होंने कल्पना शक्ति का विकास किया जाता है ताकि वह जिहड़े भाव ने शैली वह चंगी तरह समझ सकन, क्योंकि जिहड़ी कविता उहदे विच कल्पना का जिहड़ा तत्व उहदी भी प्रधानता हुंदी है। बहुत सारिया कविता ने जिहड़ियां साडे समाजिक वातावरण में लैके लिखिया जांदियां ने, साडे धार्मिक वातावरण में लैके लिखिया जांदियां ने, जां राजनीतिक वातावरण लैके लिखिया जांदियां, पर बहुत सारिया जो कविता होंगे ने उन्होंने सिर्फ और सिर्फ एक कल्पना की जाती है, तो सानू कल्पना शक्ति का विकास होंगे, कल्पना शक्ति का विकास न बच्चों में जिहड़ी रचनात्मक रुचियां होंगे ने उन्हों का विकास होंगे गा। रचनात्मक रुचियों तो मतलब कि बच्चा जिहड़ा लिखना सीख जाता है, कवितावां नूं लिखना सीख जाता है, वह जिहड़े वख-वख छंद ने उन्होंने रचना करना सीख जाता है, अलंकारा की जिहड़ी रचना अलंकार ला के जिहड़ी रचना वह करना सीख जाता है, तो उन्होंने जिहड़ियां रचनात्मक प्रवृत्तियां ने उन्हों का जिहड़ा विकास है वह हुंदा गा। विद्यार्थियों नूं कविता के जिहड़े जरूरी तत् ने उन्होंने जानकारी देना भी जिहड़े सुधारण उद्देश ने उन्हों का काम है कि विद्यार्थियों नूं कविता के जिहड़े वख-वख तत् ने वह चाहे भाव तत् है, चाहे कल्पना तत् है, चाहे वह उहदी कोई शैली आ, चाहे उहदा बुद्धि तत् है, उहदे बारे जिहड़ी जानकारी देनी है वह साडे सुधारण आदेशों में आउंदी है। तो विद्यार्थियों में कवि की अनुभवता ते जिहड़ी कवि की कल्पना उहदी समझण की शक्ति पैदा करना, क्योंकि जिवें पहले ही दस्सिया गया सीगा कि जिहड़े इह छंदमई रचना ते छंदमई रचना नूं समझाउण वास्ते अध्यापक नूं बच्चों नूं दसना पैंदा गा, ते जिहड़े सुधारण आदेश उहदा मतलब इह आ कि बच्चों नूं कवि की जिहड़ी शैली है, जिहड़ी उहदी कल्पना शक्ति है उहनूं समझण दे काबिल बना देना, उहनां दी सुंदरता सूझ विच वाधा कर देना ताकि उह जिहड़ी कविता दी शैली ने, कविता दे जिहड़े वी तत् ने उहनां दी समझ उहनां नूं आ सके। विद्यार्थियों नूं जिहड़ियां वख-वख शैलियां ने उन्हां तों जाणू करवाना जिन्नियां भी शैलियां ने, क्योंकि हर एक जिहड़ा कवि है उहनूं कविता लिखण दा उहदा अलग अलग तरीका है, उह हर एक आपदी आपदी जिहड़ी शैली उहदी वरतों करदा है, कोई वीर रस लई कविता लिखदा है, कोई धार्मिक रस लई कविता लिखदा है, कोई समाजिक वातावरण ते कविता लिखदा है, कोई विरहों दे जिहड़े गीत आ उह लिखदा, तो इस करके जिहड़ियां वख-वख शैलियां ने वख-वख कवियां द्वारा जिहड़ियां वरतियां जांदियां ने उहनां जिहड़ियां शैलियां नूं जाणू करवाउणा उह वी सुधारण उद्देशां दा काम है। हुण आपां गल करदे हां विशेष उद्देश कि जिहड़े पोएट्री दे स्पैसिफिक किवें विद्यार्थियों को कि जानकारी जी दे सकते हैं। सब तो पहला आप गल करते हैं कि जिहड़ा विशेष उद्देश ने उहदा मतलब है कि विद्यार्थियों को किसी विशेष कवि दियां कवितावां दी शैली बारे जानकारी देना, विशेष कवि दी एक कविता भी हो सकती है जां फिर उहदी कवितावां दी पूरी जिहड़ी बुक आ उह भी हो सकती है, तां उहने जिहड़ी शैली उहदे विच वरती है, जिहड़ी उहने रस उहदे विच वरत्या गया है, उहदा लिखण दा तरीका जिहड़ा, उहदी कल्पना शक्ति किस साइड नूं जा रही है, उहदी जिहड़ी जानकारी है उह बच्चां नूं उपलब्ध करवाउणा, ते दूसरा उहदे दृष्टिकोण बारे दसणा, किसे खास कवि दे दृष्टिकोण बारे दसणा, उहदी विशेष सुनेहे बारे दसना, क्योंकि कोई भी कविता जिहड़ी लिखी जाती है बहुत सारिया कविता होंदिया ने किस कोई अपने समाज को सुनेहा देने वास्ते लिखिया जाती ने, अपने यूथ को सुनेहा देने वास्ते लिखिया जाती ने, तो वो अलग अलग शैलियां लिखिया जाती ने, तो जिहड़ा
किसी विशेष कवि का की दृष्टिकोण है, वो अपने कविता राही की कहना चाहता वा, किस सुनेहा वो लोगों तक भेजना चाहता वा, उस चीज की जिहड़ी जानकारी है वह विशेष उद्देश विच आ जाती है। क्योंकि इत्थे असीं विशेष कवि की गल कर रहे हैं, विशेष कवितावां की गल कर रहे हैं, तो विशेष सुनेहे की गल कर रहे हैं। तो दूसरी गल जिहड़ा विशेष उद्देश हुंदा गा वह एक छोटे बच्चों जो कविता आपां गा के सुनाउणे आ तां उहदे विच जिहड़ियां रागात्मक प्रवृत्तियां हुंदियां ने उन्हां दा विकास करन तों है, ताकि जिहड़े विद्यार्थी ने वह एक म्यूजिक का आनंद भी माण सकन ते उन्हां नूं कविता जिहड़ी गाउणी उह सिखाई जाए, ताकि जिहड़े बच्चे आ कविता सीखण विच जिहड़ा आपदे आप नूं इह औखी गल ना महसूस करन कि कविता सीखणी जां फिर कविता गाउणी औखी है, तां बच्चे नूं म्यूजिक संगीत राहीं कविता दा जिहड़ा जानकारी देना और उन्हां नूं कविता गवाउण दी कोशिश करना भी एक विशेष उद्देशां दे अधीन आउंदा गा। अगे आपां गल करदे आं कि कवि दी विशेष शैली तों जाणू करवाउणा ते बच्चां विच जिहड़ियां रचनात्मक रुचियां दा जिहड़ा विकास उह करना। सॉरी, क्योंकि बच्चे जिवें जिवें देखो पढ़ते हैं जिहड़ियां चीज़ां उन्हां नूं चंगीआं लगदियां ने अगे उन्हां दी जिहड़ी रचना करना उह वी उह समझण लग जांदे ने, क्योंकि जिहड़ी रचना उह बच्चे कर सकदे ने। इस करके बच्चों विच जिहड़ियां रचनात्मक प्रवृत्तियां दा जिहड़ा विकास करना उह वी जिहड़े विशेष उद्देशां दा काम हुंदा गा। अगे आपां गल करदे आं विधियां कि जिहड़ी कविता पढ़ाउण दीआं किहड़ियां किहड़ियां विधियां उह हो सकदियां। सब तो पहला आपां गल करदे हां गीत जां नाट प्रणाली, जिवें पता लगदा आपां जिवें पढ़ लिया गीत प्रणाली मतलब कि गीत गाउणा, तुहानूं पता है कि जिहड़े छोटे बच्चे हुंदे ने उहनां नूं जन्म तों की हुंदा जन्म तों उहनां दी संगीत विच बहुत ज़्यादा रुचि हुंदी आ। बच्चे गीत सुनना बहुत पसंद करदे ने, इस करके असीं कह सकदे हां जेकर असीं कविता नूं वधिया रूप नाल बच्चे नूं सिखाउणा चाहुंदे हां ਤਾਂ ਸਾਨੂੰ ਜਿਹੜਾ ਸੰਗੀਤ ਦਾ ਸਹਾਰਾ ਉਹ ਲੈਣਾ ਚਾਹੀਦਾ ਹੈ। ਸੰਗੀਤ ਪ੍ਰਧਾਨ ਜਿਹੜੇ ਬਾਲਕ ਹੁੰਦੇ ਨੇ, ਸੰਗੀਤ ਪ੍ਰਧਾਨ ਜਿਹੜੇ ਆ ਬਾਲ ਗੀਤ ਹੁੰਦੇ ਨੇ, ਤੇ ਜਿਹੜੇ ਸੰਗੀਤ ਸੁਣਨ ਦੇ ਇੱਛੁਕ ਬੱਚੇ ਹੁੰਦੇ ਨੇ ਉਹਨਾਂ ਨੂੰ ਉਹ ਬਾਲ ਗੀਤ ਉਹ ਬਹੁਤ ਜ਼ਿਆਦਾ ਪਸੰਦ ਹੁੰਦੇ ਨੇ ਤੇ ਉਹ ਕਵਿਤਾਵਾਂ ਗਾਉਣਾ ਬਹੁਤ ਪਸੰਦ ਕਰਦੇ ਨੇ। ਤਾਂ ਇਸ ਕਰਕੇ ਜਿਹੜੀ ਇਹ ਵਿਧੀ ਹੈ ਗੀਤ ਜਾਂ ਨਾਟ ਪ੍ਰਣਾਲੀ ਹੈਗੀ ਆ, ਖਾਸ ਕਰਕੇ ਉਹ ਛੋਟੀਆਂ ਕਲਾਸਾਂ ਦੇ ਬੱਚਿਆਂ ਨੂੰ ਕਵਿਤਾ ਸਿਖਾਉਣ ਲਈ ਬਹੁਤ ਹੀ ਜਿਹੜੀ ਵਧੀਆ ਮੰਨੀ ਜਾਂਦੀ ਹੈ। ਤਾਂ ਇਹਨਾਂ ਗੀਤਾਂ ਨੂੰ ਗੀਤ ਅਤੇ ਨਾਟ ਵਿਧੀਆਂ ਦੁਆਰਾ ਅਗਰ ਪੜ੍ਹਾਇਆ ਜਾਵੇ ਤਾਂ ਜਿਹੜੇ ਬੱਚੇ ਨੇ ਉਹ ਪੂਰੇ ਇੰਟਰਸਟ ਦੇ ਨਾਲ ਜਿਹੜੀ ਕਵਿਤਾ ਉਹ ਸੁਣਦੇ ਨੇ ਅਤੇ ਉਹ ਜਿਹੜੀ ਕਵਿਤਾ ਉਹ ਗਾਉਂਦੇ ਹਨ। ਇਸ ਪ੍ਰਣਾਲੀ ਵਿੱਚ ਸਭ ਤੋਂ ਪਹਿਲਾਂ ਅਧਿਆਪਕ ਕੀ ਕੰਮ ਕਰਦਾ ਹੈ, ਜਿਹੜਾ ਅਧਿਆਪਕ ਹੈ ਉਹ ਖੁਦ ਜਿਹੜੀ ਕਵਿਤਾ ਉਹ ਬੱਚਿਆਂ ਨੂੰ ਗਾ ਕੇ ਸੁਣਾਉਂਦਾ ਹੈ। ਉਸ ਤੋਂ ਬਾਅਦ ਸ਼੍ਰੇਣੀ ਦੇ ਬੱਚਿਆਂ ਨੂੰ ਇੱਕ ਇੱਕ ਕਰਕੇ ਕਵਿਤਾ ਬੁਲਵਾਈ ਜਾਂਦੀ ਹੈ, ਗਵਾਈ ਜਾਂਦੀ ਹੈ, ਜਾਂ ਫਿਰ ਦੋ ਚਾਰ ਬੱਚਿਆਂ ਦਾ ਜਿਹੜਾ ਗਰੁੱਪ ਬਣਾ ਕੇ ਉਹਨਾਂ ਨੂੰ ਕਵਿਤਾ ਗਾਉਣ ਲਈ ਕਿਹਾ ਜਾਂਦਾ ਹੈ। ਅਤੇ ਇਹ ਇੱਕ ਮਨੋਰੰਜਕ ਭਰਪੂਰ ਜਿਹੜੀ ਵਿਧੀ ਆ, ਉਹ ਮਨੋਰੰਜਨ ਭਰਪੂਰ ਵਿਧੀ ਪ੍ਰਣਾਲੀ ਆਪਾਂ ਇਹਨੂੰ ਕਹਿ ਸਕਦੇ ਹਾਂ। ਇਸ ਵਿੱਚ ਜਿਹੜੇ ਵਿਦਿਆਰਥੀਆਂ ਉੱਤੇ ਬੋਝ ਵੀ ਨਹੀਂ ਬਣਦਾ ਪੜ੍ਹਾਈ ਦਾ, ਵਿਦਿਆਰਥੀ ਜਿਹੜਾ ਆਪਾਂ ਕਹਿ ਸਕਦੇ ਕਿ ਖੇਡ ਖੇਡ ਵਿੱਚ ਵੀ ਇੱਕ ਜਿਹੜੀ ਕਵਿਤਾ ਉਹ ਗਾਉਣੀ ਸਿੱਖ ਜਾਂਦਾ ਹੈ, ਜਾਂ ਕਵਿਤਾ ਦੀ ਜਿਹੜੀ ਜਾਣਕਾਰੀ ਆ ਉਹ ਲੈ ਸਕਦਾ ਹੈ। ਅਤੇ ਇਸ ਵਿੱਚ ਕਵਿਤਾ ਵਿੱਚ ਸੰਗੀਤ ਦੇ ਨਾਲ ਨਾਲ ਜਿਹੜੀਆਂ ਲੋੜੀਂਦੀਆਂ ਸਰੀਰਕ ਜਿਹੜੀਆਂ ਹਰਕਤਾਂ ਨੇ, ਜਿਵੇਂ ਆਪਣੇ ਹੱਥਾਂ ਦਾ ਯੂਜ਼ ਕਰਨਾ ਉੱਥੇ, ਜਾਂ ਫਿਰ ਆਪਣੇ ਜਿਹੜੇ ਫੇਸ ਦੇ ਐਕਸਪ੍ਰੈਸ਼ਨ ਨੇ ਉਹਦੇ ਰਾਹੀਂ ਵੀ ਕੀ ਆ ਜਿਹੜੇ ਆਪਾਂ ਆਪਣੇ ਕਵਿਤਾ ਦੇ ਜਿਹੜੇ ਅਰਥ ਨੇ, ਜਿਹੜੇ ਡੂੰਘੇ ਅਰਥ ਨੇ, ਉਹ ਸਹੀ ਤਰੀਕੇ ਨਾਲ ਬੱਚਿਆਂ ਤੱਕ ਪਹੁੰਚਾ ਸਕਦੇ ਹਾਂ। ਇਹ ਪ੍ਰਣਾਲੀ ਜਿਹੜੀ ਹੈਗੀ ਆ ਗੀਤ ਪ੍ਰਣਾਲੀ ਜਾਂ ਨਾਟ ਪ੍ਰਣਾਲੀ, ਇਹ ਵਿਦਵਾਨਾਂ ਨੇ ਕਿਹਾ ਕਿ ਛੋਟੀ ਕਲਾਸ ਦੇ ਜਿਹੜੇ ਬੱਚੇ ਆ ਛੋਟੇ ਬੱਚਿਆਂ ਲਈ ਜ਼ਿਆਦਾ ਫਾਇਦੇਮੰਦ ਹੈ, ਕਿਉਂਕਿ ਇਹ ਜਿਹੜੀ ਟਾਈਮ ਬਹੁਤਾ ਲੈਂਦੀ ਹੈ, ਬਹੁਤਾ ਸਮਾਂ ਲੈਂਦੀ ਹੈ, ਇਹਦੇ ਵਿੱਚ ਪ੍ਰੋਪਰ ਜਿਹੜਾ ਇੱਕ ਸੁਰ ਦਾ ਇੱਕ ਲੈਅ ਦਾ ਜਿਹੜਾ ਵਰਤੋਂ ਕੀਤੀ ਜਾਂਦੀ ਹੈ। ਇਸ ਕਰਕੇ ਇਸ ਨੂੰ ਜਿਹੜਾ ਕਿ ਵੱਡੇ ਜਿਹੜੇ ਕਲਾਸਾਂ ਦੇ ਬੱਚੇ ਉਹਨਾਂ ਨੇ ਨਹੀਂ ਵਰਤਣਾ ਚਾਹੀਦਾ ਹੈ। ਅਤੇ ਅੱਗੇ ਚੱਲ ਕੇ ਜਦੋਂ ਭਾਵਨਾਤਮਕ ਕਵਿਤਾ ਪੜ੍ਹਾਈਆਂ ਜਾਂਦੀਆਂ ਨੇ ਤਾਂ ਉਦੋਂ ਜਿਹੜੀ ਇਹ ਇੱਕ ਸੰਗੀਤ ਦਾ ਸਹਾਰਾ ਲੈ ਜਾਂਦਾ ਉਹ ਠੀਕ ਨਹੀਂ ਮੰਨਿਆ ਜਾਂਦਾ। ਫਿਰ ਭਾਵਾਤਮਕ ਲਈ ਅਸੀਂ ਵਿਆਖਿਆ ਵਿਧੀ ਦੀ ਜਿਹੜੀ ਵਰਤੋਂ ਆ ਉਹ ਅਸੀਂ ਜ਼ਿਆਦਾ ਪ੍ਰਮੁੱਖ ਮੰਨ ਸਕਦੇ ਹਾਂ। ਛੋਟੇ ਬੱਚੇ ਇਹਨਾਂ ਗੀਤਾਂ ਦੇ ਰਾਹੀਂ ਜਿਹੜੇ ਕਵਿਤਾ ਨੂੰ ਛੇਤੀ ਸਿੱਖ ਜਾਂਦੇ ਨੇ ਔਰ ਜਿਹੜੀ ਇਹ ਕਵਿਤਾ ਉਹ ਜ਼ਿਆਦਾ ਲੰਬੇ ਸਮੇਂ ਤੱਕ ਉਹਨਾਂ ਦੇ ਯਾਦ ਰਹਿ ਸਕਦੀਆਂ ਨੇ। ਇਸ ਕਰਕੇ ਛੋਟੇ ਬੱਚਿਆਂ ਲਈ ਇਸ ਜਿਹੜੀ ਪ੍ਰਣਾਲੀ ਇਹਨੂੰ ਵਧੀਆ ਮੰਨਿਆ ਗਿਆ ਹੈ। ਅਤੇ ਇਸ ਕਰਕੇ ਇਹਦੇ ਜਿਹੜੇ ਆਲੋਚਕ ਨੇ ਉਹ ਕਹਿ ਰਹੇ ਨੇ ਕਿ ਜਿਹੜੀਆਂ ਵੱਡੀਆਂ ਜਮਾਤਾਂ ਦੇ ਬੱਚੇ ਆ
ਤਾਂ ਇਹ ਵਿਧੀ ਉਹਨਾਂ ਲਈ ਕਾਬਿਲੇ ਤਾਰੀਫ ਨਹੀਂ ਆ ਤਾਂ ਜ਼ਿਆਦਾ ਜਿਹੜੀ ਇਹ ਵਿਧੀ ਉੱਤੇ ਸਕਸੈਸ ਨਹੀਂ ਹੋ ਸਕਦੀ। ਅੱਗੇ ਆਪਾਂ ਗੱਲ ਕਰਦੇ ਹਾਂ ਦੂਜੀ ਸ਼ਬਦਾਰਥ ਪ੍ਰਣਾਲੀ ਦੀ। ਸ਼ਬਦਾਰਥ ਪ੍ਰਣਾਲੀ ਜਿਵੇਂ ਹੁਣ ਸ਼ਬਦਾਰਥ ਨੂੰ ਪੜ੍ਹ ਕੇ ਹੀ ਅਸੀਂ ਸੋਚਦੇ ਹਾਂ, ਸਾਨੂੰ ਪਤਾ ਲੱਗਦਾ ਕਿ ਸ਼ਬਦਾਂ ਦੇ ਅਰਥ ਦੱਸ ਕੇ। ਹੁਣ ਇੱਥੇ ਕੀ ਹੁੰਦਾ ਗਾ, ਜਿਵੇਂ ਜਿਵੇਂ ਕਵਿਤਾ ਜਿਹੜੀ ਪੜ੍ਹੀ ਜਾਂਦੀ ਹੈ ਤਾਂ ਅਧਿਆਪਕ ਦੁਆਰਾ ਉਹਦੇ ਜਿਹੜੇ ਔਖੇ ਸ਼ਬਦ ਨੇ ਉਹਨਾਂ ਦੇ ਅਰਥ ਹੈ ਉਹ ਦੱਸੀ ਜਾਂਦੇ ਨੇ। ਹੁਣ ਅਧਿਆਪਕ ਅਗਰ ਖੁਦ ਕਵਿਤਾ ਪੜ੍ਹ ਰਹੇ ਆ ਤਾਂ ਖੁਦ ਉਹਦੇ ਨਾਲ ਦੀ ਨਾਲ ਜਿਹੜੇ ਅਰਥ ਉਹ ਵੀ ਦੱਸ ਰਹੇ ਆ। ਅਗਰ ਖੁਦ ਨਹੀਂ ਕਵਿਤਾ ਪੜ੍ਹੀ ਜਾ ਰਹੀ ਅਧਿਆਪਕ ਦੁਆਰਾ ਤਾਂ ਕਿਸੇ ਜਿਹੜੇ ਵਿਦਿਆਰਥੀ ਤੋਂ ਕਵਿਤਾ ਉਹ ਪੜ੍ਹਾਈ ਜਾ ਰਹੀ ਆ। ਜਿਵੇਂ ਜਿਵੇਂ ਵਿਦਿਆਰਥੀ ਇੱਕ ਇੱਕ ਲਾਈਨ ਨੂੰ ਪੜ੍ਹਦਾ ਜਾਂਦਾ ਤਾਂ ਅਧਿਆਪਕ ਉਸੇ ਹੀ ਸਮੇਂ ਜਿਹੜੇ ਔਖੇ ਸ਼ਬਦਾਂ ਦੇ ਅਰਥ ਜਾਂ ਔਖੇ ਲਾਈਨਾਂ ਦੇ ਅਰਥ ਨੇ ਉਹ ਵਿਦਿਆਰਥੀਆਂ ਨੂੰ ਦੱਸ ਦਿੱਤੇ ਜਾਂਦੇ ਨੇ। ਤੇ ਕਈ ਵਾਰ ਕੀ ਹੁੰਦਾ, ਅਧਿਆਪਕ ਦੁਆਰਾ ਜਿਹੜੇ ਅਰਥ ਉਹ ਵਿਦਿਆਰਥੀ ਤੋਂ ਹੀ ਕਰਵਾਏ ਜਾਂਦੇ ਨੇ। ਅਗਰ ਵਿਦਿਆਰਥੀ ਉਸ ਚੀਜ਼ ਦੇ ਅਰਥ ਆਉਂਦੇ ਆ ਤਾਂ ਵਿਦਿਆਰਥੀ ਉਸ ਚੀਜ਼ ਦੇ ਅਰਥ ਦੱਸਣ ਵਿੱਚ ਸਮਰੱਥ ਹੈ ਤਾਂ ਅਰਥ ਦੱਸ ਦਿੰਦਾ, ਅਦਰਵਾਈਜ਼ ਜਿਹੜੇ ਅਰਥ ਨੇ ਉਹ ਅਧਿਆਪਕ ਦੁਆਰਾ ਦੱਸ ਦਿੱਤੇ ਜਾਂਦੇ ਨੇ। ਤਾਂ ਇਹ ਵਿਧੀ ਵੀ ਕਾਫੀ ਫਾਇਦੇਮੰਦ ਮੰਨੀ ਜਾਂਦੀ ਹੈ ਕਿਉਂਕਿ ਇਸ ਵਿਧੀ ਵਿੱਚ ਘੱਟ ਸਮਾਂ ਲੱਗਦਾ ਹੈ। ਬੱਚੇ ਪੜ੍ਹਨ ਦੇ ਨਾਲ ਨਾਲ ਕੀ ਆ ਉਹਦੀ ਜਿਹੜੀ ਭਾਵਾਂ ਦੀ ਜਿਹੜੀ ਜਾਣਕਾਰੀ ਆ ਉਹ ਵੀ ਇਕੱਠੀ ਕਰਦੇ ਜਾਂਦੇ ਨੇ। ਅਧਿਆਪਕ ਦਾ ਇਹੀ ਉਦੇਸ਼ ਰਹਿੰਦਾ ਹੈ ਕਿ ਕਵਿਤਾ ਪਾਠ ਦੇ ਨਾਲ ਨਾਲ ਹੀ ਜਿਹੜੇ ਉਹਦੇ ਅਰਥ ਨੇ ਉਹ ਕਲੀਅਰ ਕੀਤੇ ਜਾਣ ਤਾਂ ਜੋ ਜਿਹੜਾ ਸਮੇਂ ਦੀ ਬੱਚਤ ਉਹ ਹੁੰਦੀ ਰਹੇ। ਇਹ ਪ੍ਰਣਾਲੀ ਬਿਲਕੁਲ ਜਿਹੜੀ ਹੈਗੀ ਆ ਉਹ ਸਹੀ ਸਮੇਂ ਉੱਤੇ ਜਿਵੇਂ ਆਪਾਂ ਕਹਿ ਦਈਏ ਕਿ ਕਵਿਤਾਵਾਂ ਨੂੰ ਕੰਪਲੀਟ ਕਰਨ ਦੀ ਤੇ ਸਹੀ ਤਰੀਕੇ ਨਾਲ ਕਵਿਤਾਵਾਂ ਦੇ ਜਿਹੜੇ ਅਰਥ ਸਮਝਾਉਣ ਵਿੱਚ ਉਪਯੋਗੀ ਮੰਨੀ ਜਾਂਦੀ ਹੈ। ਪਰ ਫਿਰ ਵੀ ਕਈ ਆਲੋਚਕ ਨੇ ਇਸ ਚੀਜ਼ ਦੇ, ਉਹ ਇਸ ਚੀਜ਼ ਨੂੰ ਦੋਸ਼ ਭਰਪੂਰ ਮੰਨਦੇ ਨੇ। ਉਹਨਾਂ ਦਾ ਕਹਿਣਾ ਹੈ ਕਿ ਇਹ ਰੋਚਕਤਾ ਉਤਪੰਨ ਨਹੀਂ ਕਰਦੀ, ਜਿਹੜਾ ਵਿਦਿਆਰਥੀਆਂ ਦਾ ਮਨ ਹੈ ਉਹਨੂੰ ਆਨੰਦ ਪ੍ਰਾਪਤ ਨਹੀਂ ਹੁੰਦਾ, ਉਹ ਰਸ ਪ੍ਰਾਪਤ ਨਹੀਂ ਕਰਦੀ। ਇਹਨੂੰ ਇੱਕ ਬੋਰਿੰਗ ਤਰੀਕਾ ਮੰਨਿਆ ਗਿਆ ਕਿ ਇਹ ਜਿਹੜੇ ਬੱਚੇ ਆ ਉਹਨਾਂ ਨੂੰ ਬੋਝ ਲੱਗਦਾ ਇਸ ਤਰੀਕੇ ਨਾਲ ਕਵਿਤਾ ਪਾਠ ਕਰਨ ਦਾ, ਤੇ ਕਵਿਤਾ ਪਾਠ ਦਾ ਜਿਹੜਾ ਉਦੇਸ਼ ਹੈ ਇੱਕ ਤਰੀਕੇ ਨਾਲ ਉਹ ਉੱਥੇ ਖਤਮ ਹੋ ਜਾਂਦਾ। ਪਰ ਫਿਰ ਵੀ ਜਿਹੜੇ ਬਹੁਤੇ ਅਧਿਆਪਕ ਨੇ ਉਹਨਾਂ ਦੁਆਰਾ ਇਹ ਵਿਧੀ ਹੈ ਜਿਹੜੀ ਉਹ ਯੂਜ ਕੀਤੀ ਜਾਂਦੀ ਹੈ, ਇਸੇ ਵਿਧੀ ਦਾ ਜਿਹੜਾ ਉਪਯੋਗ ਕਰਦੇ ਹਨ। ਤੇ ਬਹੁਤੇ ਅਧਿਆਪਕ ਜਿਹੜੇ ਇਸ ਪ੍ਰਣਾਲੀ ਦੀ ਵਰਤੋਂ ਆ ਉਹ ਕਿਸ ਕਾਰਨਾਂ ਕਰਕੇ ਕਰਦੇ ਹਨ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਪ੍ਰੀਖਿਆ ਦੀਆਂ ਲੋੜਾਂ ਪੂਰੀਆਂ ਕਰਨ ਲਈ, ਕਿ ਜਿਹੜੀ ਇਸ ਵਿਧੀ ਦੀ ਜਿਹੜੀ ਵਰਤੋਂ ਆ ਉਹ ਪ੍ਰੀਖਿਆ ਦੀਆਂ ਲੋੜਾਂ ਪੂਰੀਆਂ ਕਰਨ ਲਈ ਕੀਤੀ ਜਾਂਦੀ ਹੈ। ਉਹ ਕਿਵੇਂ ਕੀਤੀ ਜਾਂਦੀ ਹੈ ਕਿ ਆਮ ਤੌਰ 'ਤੇ ਪਾਠ ਪੁਸਤਕ ਵਿੱਚ ਸੁੰਦਰ ਕਵਿਤਾਵਾਂ ਨੂੰ ਛੱਡ ਕੇ ਇਹੋ ਜਿਹੀਆਂ ਜਿਹੜੀਆਂ ਕਵਿਤਾਵਾਂ ਰੱਖ ਦਿੱਤੀਆਂ ਜਾਂਦੀਆਂ ਨੇ ਜੋ ਵਿਦਿਆਰਥੀ ਦੀਆਂ ਮਾਨਸਿਕ ਅਵਸਥਾਵਾਂ ਦੇ ਅਨੁਰੂਪ ਨਹੀਂ ਹੁੰਦੀਆਂ, ਮਤਲਬ ਕਿ ਮਾਨਸਿਕ ਪੱਧਰ ਦੇ ਅਨੁਕੂਲ ਨਹੀਂ ਹੁੰਦੀਆਂ। ਉਹਨਾਂ ਤੋਂ ਥੋੜ੍ਹੀਆਂ ਜਿਹੀਆਂ ਜਿਹੜੀਆਂ ਔਖੀਆਂ ਕਵਿਤਾਵਾਂ ਨੇ ਉਹ ਸਾਡੇ ਸਿਲੇਬਸ ਵਿੱਚ ਪਾ ਦਿੱਤੀਆਂ ਜਾਂਦੀਆਂ ਨੇ। ਇਸ ਕਰਕੇ ਅਧਿਆਪਕ ਨੂੰ ਚੰਗੀ ਤਰ੍ਹਾਂ ਕਵਿਤਾ ਸਮਝਾਉਣ ਲਈ ਜਿਹੜੀ ਹੈਗੀ ਆ ਇਸ ਵਿਧੀ ਨੂੰ, ਸ਼ਬਦਾਰਥ ਵਿਧੀ ਨੂੰ ਜਿਹੜਾ ਜਾਂ ਸ਼ਬਦਾਰਥ ਪ੍ਰਣਾਲੀ ਦੀ ਜਿਹੜੀ ਵਰਤੋਂ ਉਹ ਕੀਤੀ ਜਾਂਦੀ ਆ ਬੱਚਿਆਂ ਨੂੰ ਕਵਿਤਾਵਾਂ ਸਮਝਾਉਣ ਵਾਸਤੇ। ਬਹੁਤੀ ਬਰੀਕੀ ਨਾਲ ਜਦੋਂ ਬੱਚਿਆਂ ਨੂੰ ਕਵਿਤਾ ਦੀ ਜਾਣ ਪਹਿਚਾਣ ਕਰਵਾਉਣੀ ਹਾਂ ਤਾਂ ਉਦੋਂ ਉੱਥੇ ਹਰ ਇੱਕ ਅੱਖਰ ਦੀ, ਹਰ ਇੱਕ ਸ਼ਬਦ ਦੀ, ਹਰ ਇੱਕ ਜਿਹੜੀ ਲਾਈਨ ਦਾ ਮਤਲਬ ਹੈ, ਹਰ ਇੱਕ ਲਾਈਨ ਦਾ ਜਿਹੜਾ ਅਰਥ ਉਹ ਬੱਚਿਆਂ ਨੂੰ ਦੱਸਣਾ ਪੈਂਦਾ। ਅੱਗੇ ਆਪਾਂ ਗੱਲ ਕਰਦੇ ਹਾਂ ਕਵਿਤਾ ਦੀ ਪੜਮਾ, ਕਵਿਤਾ ਦੀ ਪ੍ਰਭਾਵ, ਮਤਲਬ ਕਈ ਵਾਰ ਕੀ ਹੁੰਦਾ ਵਾ ਕਿ ਸਾਡੇ ਸਿਲੇਬਸ ਵਿੱਚ ਜਿਹੜੀਆਂ ਕਵਿਤਾਵਾਂ ਹੁੰਦੀਆਂ ਨੇ ਉਹ ਬਹੁਤ ਜ਼ਿਆਦਾ ਪਾ ਦਿੱਤੀਆਂ ਜਾਂਦੀਆਂ ਨੇ, ਇਸ ਕਰਕੇ ਉਹਨਾਂ ਨੂੰ ਗੀਤ ਵਿਧੀ ਦੁਆਰਾ ਅਗਰ ਅਸੀਂ ਬੱਚਿਆਂ ਨੂੰ ਸਿਖਾਈਆ ਜਾਵੇ ਤਾਂ ਉਹਦੇ ਵਿੱਚ ਟਾਈਮ ਮੰਨਿਆ ਜਾਂਦਾ ਕਿ ਬਹੁਤ ਜ਼ਿਆਦਾ ਲੱਗ ਜਾਂਦਾ। ਇਸ ਕਰਕੇ ਸਹੀ ਸਮੇਂ ਉੱਤੇ ਜਿਹੜੀਆਂ ਸਾਰੀਆਂ ਕਵਿਤਾਵਾਂ ਪੂਰੀਆਂ ਕਰਨ ਲਈ ਸ਼ਬਦਾਰਥ ਵਿਧੀ ਦੀ ਜਿਹੜੀ ਵਰਤੋਂ ਉਹ ਕੀਤੀ ਜਾਂਦੀ ਹੈ ਕਿ ਇਹਦੇ ਵਿੱਚ ਨਾਲ ਨਾਲ ਕਵਿਤਾ ਪਾਠ ਹੁੰਦਾ ਰਹਿੰਦਾ, ਨਾਲ ਨਾਲ ਜਿਹੜੀ ਉਹਦੀ ਅਰਥ ਨੇ ਉਹ ਅਧਿਆਪਕ ਦੁਆਰਾ ਬੱਚਿਆਂ ਨੂੰ ਦੱਸ ਦਿੱਤੇ ਜਾਂਦੇ ਨੇ। ਉਹਦੀ ਜਿਹੜੀ ਸ਼ੈਲੀ ਦੀ ਜਾਣਕਾਰੀ ਹੈ ਜਾਂ ਜਿਹੜੀ ਭਾਵਾਂ ਦੀ ਜਾਣਕਾਰੀ ਉਹ ਨਾਲ ਦੀ ਨਾਲ ਬੱਚਿਆਂ ਨੂੰ ਜਿਹੜੀ ਉਹ ਦਿੱਤੀ ਜਾਂਦੀ ਹੈ। ਇਸ ਕਰਕੇ ਕਹਿ ਸਕਦੇ ਹਾਂ ਕਿ ਸਹੀ ਸਮੇਂ 'ਤੇ ਜਿਹੜੀਆਂ ਕਵਿਤਾਵਾਂ ਸਿਲੇਬਸ ਦੇ ਅਕੋਰਡਿੰਗ ਪੂਰੀਆਂ ਕਰਵਾਉਣ ਵਿੱਚ ਸ਼ਬਦਾਰਥ ਜਿਹੜੀ ਵਿਧੀ ਆ ਉਹ ਕਾਫੀ ਸਹਾਇਕ ਮੰਨੀ ਜਾਂਦੀ ਹੈ। ਤਾਂ ਇਸ ਵਿਧੀ ਦੁਆਰਾ ਪੜ੍ਹਾਉਣ ਨਾਲ ਵਿਦਿਆਰਥੀ ਦੇ ਜਿਹੜੇ ਕਵਿਤਾ ਦੇ ਅਰਥ ਨੇ ਜਿਹੜੇ ਵਿਦਿਆਰਥੀ ਉਹ ਭਲੀ ਭਾਂਤੀ ਸਮਝ ਜਾਂਦੇ ਨੇ, ਉਹ ਕਵਿਤਾ ਦੇ ਹਰ ਤੱਕ ਦੀ ਜਿਹੜੀ ਜਾਣਕਾਰੀ ਉਹਨਾਂ ਨੂੰ ਮਿਲ ਜਾਂਦੀ ਹੈ, ਚਾਹੇ ਉਹ ਭਾਵ ਤੱਤ ਹੋਵੇ, ਚਾਹੇ ਉਹ ਕੋਈ ਸ਼ੈਲੀ ਤੱਤ ਹੋਵੇ, ਚਾਹੇ ਕਲਪਨਾ ਤੱਤ ਹੋਵੇ ਤੇ ਚਾਹੇ ਉਹ ਬੁੱਧੀ ਤੱਤ ਹੋਵੇ। ਇਸ ਸ਼ਬਦਾਰਥ ਪ੍ਰਣਾਲੀ ਨਾਲ ਉਹ ਹਰ ਇੱਕ ਤੱਤ ਦੀ ਜਿਹੜੀ ਜਾਣਕਾਰੀ ਉਹਨੂੰ ਮਿਲ ਜਾਂਦੀ ਹੈ। ਤੇ ਫਿਰ ਵੀ ਕੁਛ ਜਿਹੜੇ ਬੱਚੇ ਹੁੰਦੇ ਨੇ
एक बारी उन्होंने समझा उन्होंने अर्थ नहीं समझ आ सकते। कविता की भरमार होने करके अध्यापक को इन्ना टाइम नहीं होंगे कि वो इको ही कविता बार बार पढ़ाई जाए और इको ही कविता के जेडे बार बार वो अर्थ दसी जाए। इस नाल विद्यार्थी तो अध्यापक वधेरे क्रियाशील रहिंदा है क्योंकि इस विधि विच जिहड़ा हुंदा गा जिहड़ा काम है अर्थ दसण दा काम हुंदा है भाव दसण दा जिहड़ा काम हुंदा गा वह की हुंदा सिर्फ अध्यापक करदा है ते जिहड़े विद्यार्थी ने उन्हां दा काम की हुंदा ज़्यादातर कि वह सुनते रहिंदे ने। इस करके जिहड़ी विद्यार्थी ने जिहड़ी उन्हां दी क्रियाशीलता जां उन्हां दी एक्टिविटी है उहदे च पार्टिसिपेट है जिहड़ा उन्हां दा घट हुंदा गा। इस करके जिहड़ा कि की हुंदा एक टीचर सेंटर जिहड़ा इह तरीका वह बन जाता। तो अगे आप गल करते हैं प्रश्न उत्तर विधि की। प्रश्न उत्तर विधि का मतलब है कि विद्यार्थियों तो कविता पढ़ाने के नाल नाल उस कविता के जिहड़े रिलेटिड वो प्रश्न पूछे जाते हैं। इस विधि में अध्यापक कविता पढ़ाने के नाल नाल ही जिहड़े कविता का विषय वस्तु है जां होर जिहड़े काव्य गुण ने उन्हां बारे प्रश्न पूछता है, उसकी शैली बारे पूछ सकता है, उसके भाव तत्व बारे पूछ सकता है, तो उसके जिहड़े शब्दों के अर्थ ने उन्हां औखे शब्दों बारे जिहड़े प्रश्न वह पूछ सकता है। इस विच अगर बच्चे जवाब देने विच समर्थ हुंदे ने तां ठीक है कि बच्चा नूं उह चीज़ां जिहड़ी उसकी समझ हैगी आ, अदरवाइज की हुंदा अध्यापक द्वारा जो भी प्रश्न पूछा जाता है उसनों बच्चा फिर वह उत्तर जो समझाया जाता है कि गलत चीज़ का उत्तर ये बन रहा है तो इसके पीछे की रीज़न है कि उन्होंने हर एक चीज़ की जिहड़ी जानकारी वह अध्यापक द्वारा बच्चों दी जाती है। कविता के जिहड़े खंड होंगे ने कविता के पाठ करके उन्होंने औखे शब्दों के और उन्होंने जिहड़े लाइनों के उन्होंने अर्थ समझाए जाते हैं। फिर जिहड़ा पूरा पैराग्राफ आप कह सकते हैं जिहड़ियां पूरियां एक लाइना ने सारे खंडा जोड़ के जिहड़ी कविता पूरी हुंदी आ उहदे जिहड़े भाव ने उहदे जिहड़े अर्थ ने वह समझाए जाते हैं। फिर उन्हां भावां ते उन्हां अर्थां नूं लै के बच्चों तो जिहड़े प्रश्न ने वह पूछे जाते हैं ये पता करन लई कि बच्चे नूं जो कुछ भी समझाया क्लास में अध्यापक द्वारा वह किन्नी हद तक जिहड़ा उहनूं समझ आ गया और किस किन्ना जिहड़ा उहनूं होर समझाउण दी जिहड़ी जरूरत है ता जो बच्चा कविता के हर एक भाव की हर एक शैली की जिहड़ी जानकारी आ उह लै सके। इस तरह कविता का जिहड़ा सारा पाठ आ उह इक लड़ी बन जांदा है कि पहला कविता के जिहड़े शब्द उहनां दे अर्थ दस के उहनां दा भाव समझाया जावे, फिर जिहड़ियां लाइनां ने, फिर जिहड़े खंड ने उहनां दा अर्थ दस्सिया जावे ते फिर सारे खंडां नूं जोड़ के जिहड़ी पूरी कविता नूं उहदे बारे दस्सिया जावे कि उहदे विच कवि ने की कहने की कोशिश की है, कवि ने की जिहड़ा सुनेहा वह दूसरों तक पहुँचाने की जिहड़ी कोशिश की है। बहुत सारे जिहड़े विद्वान ने, बहुत सारे जिहड़े आलोचक ने इसके उन्हां दा कहना है कि जिहड़ी इह प्रणाली प्रश्न उत्तर पुछण दी जिहड़ी प्रणाली है कोई बहुत ही वधिया नहीं है। इह वार्तक दसण लई वार्तक की जिहड़ी जानकारी उह देण विच ज़्यादा जिहड़ी उपयोगी सिद्ध हो सकती है। गद्य विच हर अंश नूं छोटे छोटे खंड करके या फिर हर विचार के संबंध में जिहड़े प्रश्न किए जाते हैं और इस तरीके उसनूं जिहड़े अगले विचार नाल जोड़ दिता जाता है। इसलिए कविता सिक्ख्या विच इह प्रणाली दी जिहड़ी वरतों वह घट करनी चाहिए क्योंकि यह प्रणाली कविता दे जिहड़ी बहुते योग नहीं है, विशेष करके जिहड़ी बाल गीत वर्गियां जिहड़ियां कवितावां हुंदियां ने तां उन्हां कवितावां लई असीं इस बारे जिहड़ी प्रणाली है प्रश्न उत्तर दी प्रणाली है जिहड़ी उहदी वरतों असीं नहीं कर सकते। अगे आपां गल करदे हां व्याख्या प्रणाली दी कि जिहड़ी कविता की असीं उहनूं व्याख्या प्रणाली राहीं भी बच्चे नूं समझा सकते हाँ, बच्चों को जिहड़ी जानकारी है कविता की वह व्याख्या प्रणाली राही भी दे सकते हाँ। कविता पढ़ाउण दा इह सब तो वधिया ढंग जां फिर सब तो वधिया जिहड़ी विधि इह मन्नी गई है, विद्वानां ने कहा है कि यह विधि खास करके जिहड़े उच्च श्रेणियों के बच्चे होंदे ने उच्च श्रेणियों के विद्यार्थियों लई जिहड़ी इह विधि आ उह बहुत ही वधिया जिहड़ी भूमिका उह अदा करदी है। कविता के वाचन पिछों उहदे विस्तृत व्याख्या की जाती है, उहदे हर एक शब्द की व्याख्या की जाती है, हर एक उहदे जिहड़ी लाइन की व्याख्या उह की जाती है जिस नाल कि पाठकां नूं कविता के हर अंग की जिहड़ी जानकारी है वह हो सके, उहदे भाव तत्व की जानकारी हो सके, उहदे कल्पना तत्व की, उहदे बुद्धि तत्व की, ते उहदी जिहड़ी शैली तत्व होंगी हर एक तत्व की हर एक भाव की जिहड़ी जानकारी वह पाठकां तक पहुँच सके ते उन्हां नूं काव्य सुहप्पण की जिहड़ी एक चंगी पहचान आ वह हो सके क्योंकि
ਪੜ੍ਹਦੀ ਜਿੰਨੀ ਜ਼ਿਆਦਾ ਡੂੰਘਾਈ ਨਾਲ ਬੱਚਿਆਂ ਨੂੰ ਜਾਣਕਾਰੀ ਹੋਊਗੀ ਤੇ ਜਿਹੜੀਆਂ ਉਹਨਾਂ ਦੀਆਂ ਰਚਨਾਤਮਕ ਰੁਚੀਆਂ ਨੇ ਉਹ ਵੀ ਜਿਹੜੀਆਂ ਉਹਨੀਆਂ ਆਪਾਂ ਕਹਿ ਸਕਦੇ ਹਾਂ ਜ਼ਿਆਦਾ ਹੋਣਗੀਆਂ ਉਹਨੀਆਂ ਵਧੀਆ ਹੋਣਗੀਆਂ ਤੇ ਉਹਨਾਂ ਇਸ ਪ੍ਰਣਾਲੀ ਵਿੱਚ ਭਾਵ ਸਪਸ਼ਟਤਾ ਤੇ ਸੁੰਦਰਤਾ ਪ੍ਰਾਪਤੀ ਉੱਤੇ ਜ਼ੋਰ ਦਿੱਤਾ ਗਿਆ ਹੈ ਜਿਸ ਨਾਲ ਸ਼ੈਲੀਗਤ ਵਿਸ਼ੇਸ਼ਤਾਵਾਂ ਕਵੀ ਦੇ ਵਿਚਾਰਾਂ ਕਲਪਨਾ ਤੇ ਜਿਹੜੇ ਅਨੁਭਵ ਹੁੰਦੇ ਨੇ ਉਹਨਾਂ ਨੂੰ ਸਮਝਣ ਵਿੱਚ ਜਿਹੜੀ ਸਹਾਇਤਾ ਉਹ ਪਾਠਕਾਂ ਨੂੰ ਮਿਲ ਜਾਂਦੀ ਹੈ ਤੇ ਇੱਥੇ ਲੋੜ ਅਨੁਸਾਰ ਜਿਹੜੇ ਪ੍ਰਸੰਗਕ ਵਾਰਤਾਵਾਂ ਇਤਿਹਾਸਿਕ ਤੇ ਮਿਥਿਹਾਸਿਕ ਪ੍ਰਸੰਗਾਂ ਦਾ ਵਰਣਨ ਵੀ ਕੀਤਾ ਜਾਂਦਾ ਹੈ ਤਾਂ ਕਿ ਜਿਹੜੇ ਵਿਦਿਆਰਥੀ ਨੇ ਤਾਂ ਕਿ ਜਿਹੜੇ ਪਾਠਕ ਨੇ ਉਹ ਕਵਿਤਾ ਦੇ ਹਰ ਇੱਕ ਜਿਹੜੇ ਅੰਗ ਦੀ ਜਾਣਕਾਰੀ ਉਹ ਚੰਗੇ ਤਰੀਕੇ ਨਾਲ ਲੈ ਸਕਣ ਉਸ ਵਿਆਖਿਆ ਦੇ ਆਧਾਰ ਤੇ ਜਿਹੜੇ ਸਮੇਂ ਸਮੇਂ ਸਿਰ ਉੱਥੇ ਪ੍ਰਸ਼ਨ ਵੀ ਪੁੱਛੇ ਜਾ ਸਕਦੇ ਨੇ ਜਦੋਂ ਆਪਾਂ ਕਿਸੇ ਪਾਠ ਦੀ ਉਹਦੀ ਕਿਸੇ ਲਾਈਨ ਦੀ ਜਾਂ ਕਿਸੇ ਇੱਕ ਭਾਗ ਦੀ ਇੱਕ ਪੈਸੇਜ ਦੀ ਜਿਹੜੀ ਆਪਾਂ ਵਿਆਖਿਆ ਕੀਤੀ ਹੈ ਤਾਂ ਆਪਾਂ ਉਸੇ ਵਿਆਖਿਆ ਦੇ ਆਧਾਰ ਤੇ ਜਿਹੜੇ ਵਿਦਿਆਰਥੀਆਂ ਤੋਂ ਪ੍ਰਸ਼ਨ ਪੁੱਛ ਸਕਦੇ ਹਾਂ ਪ੍ਰਸ਼ਨ ਪੁੱਛਣ ਨਾਲ ਅਧਿਆਪਕ ਨੂੰ ਪਤਾ ਲੱਗਦਾ ਹੈ ਕਿ ਵਿਦਿਆਰਥੀ ਜਿਹੜੀ ਕਵਿਤਾ ਦੀ ਕਿੰਨੀ ਕੁ ਜਾਣਕਾਰੀ ਲੈਂਦੀ ਹੈ ਕਿੰਨੀ ਕੁ ਮਤਲਬ ਰੁਚੀ ਨਾਲ ਉਸਦੀ ਜਿਹੜੀ ਜਾਣਕਾਰੀ ਉਹ ਲੈ ਰਿਹਾ ਹੈ ਕਿਸ ਹੱਦ ਤੱਕ ਉਸਨੂੰ ਜਿਹੜੀ ਕਵਿਤਾ ਦੀ ਉਹ ਸਮਝ ਆ ਚੁੱਕੀ ਹੈ ਅਗਰ ਕਿਤੇ ਉਸਨੂੰ ਕਵਿਤਾ ਦੀ ਜਿਹੜੀ ਸਮਝ ਉਹ ਨਹੀਂ ਆ ਰਹੀ ਤਾਂ ਉਸਨੂੰ ਫਿਰ ਕਿਵੇਂ ਹੋਰ ਵਧੀਆ ਤਰੀਕੇ ਨਾਲ ਜਿਹੜੀ ਕਵਿਤਾ ਦੀ ਉਹ ਵਿਆਖਿਆ ਅਧਿਆਪਕ ਦੁਆਰਾ ਕੀਤੀ ਜਾ ਸਕਦੀ ਹੈ ਤੇ ਅਧਿਆਪਕ ਦੁਆਰਾ ਕਿੰਨੀ ਹੋਰ ਵਧੀਆ ਤਰੀਕੇ ਨਾਲ ਜਿਹੜਾ ਵਿਦਿਆਰਥੀਆਂ ਨੂੰ ਉਸ ਕਵਿਤਾ ਦੇ ਤੱਤਾਂ ਦੀ ਜਿਹੜੀ ਜਾਣਕਾਰੀ ਉਹ ਕਰਵਾਈ ਜਾ ਸਕਦੀ ਹੈ ਪਰ ਫਿਰ ਵੀ ਇਸ ਕਵਿਤਾ ਦੇ ਕੁਛ ਇਸ ਪ੍ਰਣਾਲੀ ਦੇ ਕਵਿਤਾ ਪੜ੍ਹਾਉਣ ਦੇ ਇਸ ਪ੍ਰਣਾਲੀ ਦੇ ਕੁਛ ਆਲੋਚਕ ਸਨ ਬਿਨਾਂ ਸ਼ੱਕ ਇਸ ਜਿਹੜੀ ਪ੍ਰਣਾਲੀ ਹੈ ਇਹਨੂੰ ਇੱਕ ਬਹੁਤ ਵਧੀਆ ਪ੍ਰਣਾਲੀ ਮੰਨਿਆ ਗਿਆ ਹੈ ਕਵਿਤਾ ਦੀ ਜਿਹੜੀ ਹਰ ਇੱਕ ਤੱਤ ਦੀ ਜਾਣਕਾਰੀ ਕਰਵਾਉਣ ਲਈ ਪਰ ਫਿਰ ਵੀ ਜਿਹੜੇ ਆਲੋਚਕ ਨੇ ਉਹਨਾਂ ਦਾ ਕਹਿਣਾ ਹੈ ਕਿ ਇਸ ਪ੍ਰਣਾਲੀ ਵਿੱਚ ਇੱਕ ਤਾਂ ਸਮਾਂ ਬਹੁਤ ਜ਼ਿਆਦਾ ਲੱਗਦਾ ਹੈ ਉਸ ਮਿਹਨਤ ਬਹੁਤ ਜ਼ਿਆਦਾ ਲੱਗਦੀ ਹੈ ਕਿ ਕਈ ਵਾਰ ਸਿਲੇਬਸ ਵਿੱਚ ਸਾਡੇ ਜਿਹੜੀਆਂ ਕਵਿਤਾਵਾਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ ਤਾਂ ਵਿਆਖਿਆ ਪ੍ਰਣਾਲੀ ਵਿੱਚ ਸਮਾਂ ਜ਼ਿਆਦਾ ਲੱਗਣ ਕਰਕੇ ਅਸੀਂ ਜਿਹੜੇ ਸਮੇਂ ਸਿਰ ਜਿਹੜੀਆਂ ਸਾਰੀਆਂ ਕਵਿਤਾਵਾਂ ਨੇ ਉਹ ਪੂਰੀਆਂ ਨਹੀਂ ਕਰ ਸਕਦੇ ਤਾਂ ਕਿਤੇ ਨਾ ਕਿਤੇ ਜਿਹੜੀਆਂ ਕਵਿਤਾਵਾਂ ਹੁੰਦੀਆਂ ਨੇ ਉਹ ਨਾ ਪੂਰੀਆਂ ਹੋਣ ਕਰਕੇ ਜਿਹੜੀ ਵਿਦਿਆਰਥੀਆਂ ਦੀ ਪ੍ਰੀਖਿਆ ਵਿੱਚ ਜਿਹੜਾ ਆਸਰ ਆ ਉਹ ਸਾਹਮਣੇ ਆਉਂਦਾ ਗਾ ਜਦੋਂ ਵਿਦਿਆਰਥੀਆਂ ਦਾ ਜਿਹੜਾ ਸਿਲੇਬਸ ਉਹ ਅਧੂਰਾ ਰਹਿ ਜਾਂਦਾ ਗਾ ਤਾਂ ਪ੍ਰੀਖਿਆ ਵਿੱਚ ਜਿਹੜੀ ਉਹਨਾਂ ਦੀ ਦਿੱਕਤ ਉਹ ਆ ਸਕਦੀ ਹੈ ਇਸ ਕਰਕੇ ਜਿਹੜੀ ਵਿਆਖਿਆ ਪ੍ਰਣਾਲੀ ਉਹ ਇੱਕ ਟਾਈਮ ਕੰਜ਼ਿਊਮ ਜਿਹੜੀ ਪ੍ਰਣਾਲੀ ਉਹ ਮੰਨੀ ਜਾਂਦੀ ਹੈ ਤੇ ਦੂਸਰਾ ਇਹ ਵੀ ਮੰਨਿਆ ਗਿਆ ਕਿ ਇਹਦੇ ਵਿੱਚ ਜਿਹੜੇ ਕੁਸ਼ਲ ਅਧਿਆਪਕ ਉਹਨਾਂ ਦੀ ਲੋੜ ਹੈ ਉਹ ਅਧਿਆਪਕ ਹੀ ਵਿਆਖਿਆ ਪ੍ਰਣਾਲੀ ਵਧੀਆ ਤਰੀਕੇ ਨਾਲ ਕਰ ਸਕਦੇ ਨੇ ਜਿਨ੍ਹਾਂ ਨੂੰ ਕਿ ਕਵਿਤਾ ਦੀ ਹਰ ਇੱਕ ਤੱਤ ਦੀ ਜਿਹੜੀ ਜਾਣਕਾਰੀ ਉਹ ਡੂੰਘਾਈ ਨਾਲ ਹੈ ਡੂੰਘਾਈ ਨਾਲ ਜਾਣਕਾਰੀ ਉਹਨਾਂ ਨੂੰ ਹੋਵੇ ਤਾਂ ਜਿਹੜੇ ਰਸ ਹੈ ਰਸ ਨੂੰ ਕਵਿਤਾ ਦੀ ਆਤਮਾ ਮੰਨਿਆ ਗਿਆ ਹੈ ਜਿਸ ਪ੍ਰਕਾਰ ਸਧਾਰਨ ਮਨੁੱਖ ਆਪਣੀ ਆਤਮਾ ਦਾ ਗਿਆਨ ਪ੍ਰਾਪਤ ਨਹੀਂ ਕਰ ਸਕਦਾ ਉਸੇ ਤਰੀਕੇ ਨਾਲ ਹੀ ਜਿਹੜੇ ਛੋਟੇ ਬੱਚਿਆਂ ਦੀ ਗੱਲ ਕੀਤੀ ਗਈ ਹੈ ਕਿ ਛੋਟੇ ਸ਼੍ਰੇਣੀਆਂ ਦੇ ਬੱਚੇ ਹੁੰਦੇ ਨੇ ਜਿਹੜੇ ਉਹ ਕਵਿਤਾ ਦੇ ਜਿਹੜੇ ਰਸ ਦੀ ਉਹ ਜਾਣਕਾਰੀ ਇੰਨੀ ਨਹੀਂ ਪ੍ਰਾਪਤ ਕਰ ਸਕਦੇ ਜਿੰਨਾ ਕਿ ਜਿਹੜੇ ਵੱਡੀ ਕਲਾਸ ਦੇ ਬੱਚਿਆਂ ਨੂੰ ਜਿਹੜੀ ਆਨੰਦ ਤੇ ਜਿਹੜੀ ਰਸ ਦੀ ਪ੍ਰਾਪਤੀ ਆ ਉਹ ਹੋ ਜਾਂਦੀ ਹੈ ਤਾਂ ਉੱਚ ਸ਼੍ਰੇਣੀਆਂ ਵਿੱਚ ਕਵਿਤਾ ਦੇ ਰਸ ਦਾ ਜਿਹੜਾ ਗਿਆਨ ਆ ਉਹ ਕਰਾਉਣਾ ਚਾਹੀਦਾ ਹੈ ਕਵਿਤਾ ਦੇ ਜਿਹੜੇ ਤੱਤ ਨੇ ਉਹਨਾਂ ਬਾਰੇ ਖੁੱਲ ਕੇ ਜਾਣਕਾਰੀ ਜਿਹੜੀ ਦੇਣੀ ਚਾਹੀਦੀ ਹੈ ਰਸ ਬੋਧ ਕਰਾਉਂਦੇ ਸਮੇਂ ਅਰਥ ਦੇ ਮੁਕਾਬਲੇ ਜਿਹੜੇ ਭਾਵ ਹੁੰਦੇ ਨੇ ਭਾਵਾਂ ਉੱਤੇ ਜਿਹੜਾ ਜ਼ਿਆਦਾ ਜ਼ੋਰ ਦੇਣਾ ਚਾਹੀਦਾ ਹੈ ਕਿਉਂਕਿ ਜਦੋਂ ਅਸੀਂ ਉਹਦੇ ਭਾਵਾਂ ਦੀ ਜਾਣਕਾਰੀ ਪ੍ਰਾਪਤ ਕਰ ਲੈਂਦੇ ਹਾਂ ਕਵਿਤਾਵਾਂ ਦੇ ਭਾਵਾਂ ਦੀ ਤਾਂ ਸਾਨੂੰ ਜਿਹੜੇ ਕਵਿਤਾਵਾਂ ਦੇ ਅਰਥ ਹੁੰਦੇ ਨੇ ਉਹ ਜਿਹੜੇ ਡੂੰਘਾਈ ਨਾਲ ਪਤਾ ਲੱਗ ਜਾਂਦੇ ਨੇ ਜਦੋਂ ਕਿ ਅਰਥ ਬੋਧ ਜਾਂ ਪਾਠ ਬੋਧ ਕਰਾਉਂਦੇ ਸਮੇਂ ਸਾਨੂੰ ਜਿਹੜੇ ਕਵਿਤਾ ਦੇ ਔਖੇ ਪ੍ਰਸੰਗਾਂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਤੇ ਇਹ ਅੱਜ ਦਾ ਜਿਹੜਾ ਆਪਣਾ ਟੋਪਿਕ ਆਪਾਂ ਸ਼ੁਰੂ ਕੀਤਾ ਟੀਚਿੰਗ ਮੈਥਡਸ ਆਫ ਪੋਇਟਰੀ ਇਹਦੇ ਵਿੱਚ ਆਪਾਂ ਉਹਦੀ ਮੀਨਿੰਗ ਕੀਤੀ ਪੋਇਟਰੀ ਦੀ ਤੇ ਉਹਦੇ ਜਿਹੜੇ ਉਦੇਸ਼ ਨੇ ਉਹਦੇ ਕੀਤੇ ਕਿ ਸਧਾਰਨ ਤੇ ਜਿਹੜੇ ਦੋ ਵਿਸ਼ੇਸ਼ ਇਹਦੇ ਦੋ ਪ੍ਰਕਾਰ ਦੇ ਉਦੇਸ਼ ਨੇ ਤੇ ਉਹਦੀਆਂ ਕੁਛ ਪ੍ਰਣਾਲੀਆਂ ਦੀ ਗੱਲ ਕੀਤੀ ਕੁਛ ਵਿਧੀਆਂ ਦੀ ਗੱਲ ਕੀਤੀ ਕਿ ਕਿਸ ਕਿਸ ਵਿਧੀ ਨਾਲ ਜਾਂ ਪ੍ਰਣਾਲੀ ਨਾਲ ਅਸੀਂ ਬੱਚਿਆਂ ਨੂੰ ਕਵਿਤਾ ਜਿਹੜੀ ਉਹ ਪੜ੍ਹਾ ਸਕਦੇ ਹਾਂ ਤਾਂ ਅੱਜ ਦਾ ਜਿਹੜਾ ਲੈਕਚਰ ਹੈ ਆਪਣਾ ਇੱਥੇ ਹੀ ਕੰਪਲੀਟ ਹੋਊਗਾ ਜਿਹੜੇ ਇਹਦੇ ਸਟੈਪਸ ਦੀ ਗੱਲ ਹੈ ਕਿ ਜਿਹੜੇ ਸਟੈਪਸ ਨੇ ਕਵਿਤਾ ਪੜ੍ਹਾਉਣ ਦੇ ਉਹ ਕਿਹੜੇ ਕਿਹੜੇ ਨੇ ਉਹ ਆਪਾਂ ਨੈਕਸਟ ਲੈਕਚਰ ਵਿੱਚ ਕਰਾਂਗੇ ਤਾਂ ਅੱਜ ਦਾ ਲੈਕਚਰ ਆਪਾਂ ਇੱਥੇ ਹੀ ਕੰਪਲੀਟ ਕਰ ਰਹੇ ਹਾਂ ਧੰਨਵਾਦ।